ਸਤਿ ਸ੍ਰੀ ਅਕਾਲ ਜੀ ਅੱਜ ਕੱਲ ਹਰ ਕੋਈ ਖੂਨ ਦੀ ਕਮੀ ਦੀ ਸ਼ਿਕਾਇਤ ਕਰਦਾ ਹੈ ਉਹਨਾਂ ਦਾ ਹਿਮੋਗਲੋਬਿਨ ਜੋ ਘਿਰ ਜਾਂਦਾ ਹੈ ਉਹਦਾ ਕਾਰਨ ਪਤਾ ਹੈ ਕੀ ਹੈ ਸਾਡੇ ਖਾਣ ਪੀਣ ਦੇ ਤਰੀਕੇ ਚ ਆਇਆ ਹੋਇਆ ਫਰਕ ਇਸ ਲਈ ਅੱਜ ਮੈਂ ਤੁਹਾਨੂੰ ਦੱਸਾਂਗੇ ਆਪਾਂ ਖੂਨ ਦੀ ਕਮੀ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਉਹਦੇ ਨੁਸਖੇ ਨੋਟ ਕਰ ਲਓ ਜੇਕਰ ਕਿਸੇ ਦੇ ਸਰੀਰ ਚ ਖੂਨ ਦੀ ਕਮੀ ਹੈ ਤੇ ਨਾਲੇ ਵਜ਼ਨ ਵੀ ਘਟ ਰਿਹਾ ਹੈ ਉਹਨਾਂ ਨੂੰ ਚਾਹੀਦਾ ਹੈ ਨਿੰਬੂ ਤੇ ਟਮਾਟਰਾਂ ਦਾ ਰਸ ਰੋਜ਼ ਪੀਣ ਉਦੇ ਨਾਲ ਖੂਨ ਦੀ ਕਮੀ ਵੀ ਦੂਰ ਹੋ ਜਾਓ ਤੇ ਵਜ਼ਨ ਵੀ ਵਧ ਜਾਓ ਖੂਨ ਦੀ ਕਮੀ ਵਿੱਚ ਆਮਲਾ ਵੀ ਬਹੁਤ ਚੰਗਾ ਹੁੰਦਾ ਹੈ ਹਰੇ ਆਮਲੇ ਦੇ ਮੌਸਮ ਵਿੱਚ ਅੱਧਾ ਕੱਪ ਆਮਲੇ ਦਾ ਰਸ ਦੋ ਚਮਚ ਸ਼ਹਿਦ ਤੇ ਥੋੜਾ ਜਿਹਾ ਪਾਣੀ ਮਿਲਾ ਕੇ ਰੋਜ਼ ਪੀਣ ਨਾਲ ਖੂਨ ਦੀ ਕਮੀ ਵੀ ਠੀਕ ਹੋ ਜਾਓ ਤੇ ਸਰੀਰ ਨੂੰ ਤਾਕਤ ਵੀ ਮਿਲੇ ਖੂਨ ਦੀ ਕਮੀ ਵਾਲਿਆਂ ਨੂੰ ਰੋਜ਼ ਪਿਆਜ਼ ਦਾ ਰਸ ਯਾ ਕੱਚਾ ਪਿਆਜ਼ ਖਾਣਾ ਚਾਹੀਦਾ ਹੈ। ਅਗਰ ਕੱਚਾ ਪਿਆਜ਼ ਨਹੀਂ ਖਾ ਸਕਦੇ ਉਹਨੂੰ ਰਾਇਤਾ ਬਣਾ ਕੇ ਖਾ ਲਓ ਜਾਂ ਸਲਾਦ ਚ ਖਾ ਲਓ। ਪਤਾ ਹੈ ਕਿਉਂ? ਕਿਉਂਕਿ ਪਿਆਜ਼ ਦੇ ਵਿੱਚ ਬੜੇ ਗੁਣ ਨੇ। ਉਹ ਕਿਹੜੇ ਨੇ? ਇੱਕ ਤੇ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ, ਦੂਸਰਾ ਇਹਦੇ ਵਿੱਚ ਆਇਰਨ ਹੁੰਦਾ ਹੈ ਜਿਹੜਾ ਖੂਨ ਦੀ ਕਮੀ ਨੂੰ ਦੂਰ ਕਰਦਾ ਤੇ ਸਰੀਰ ਨੂੰ ਤਾਕਤ ਦਿੰਦਾ। ਖੂਨ ਦੀ ਕਮੀ ਵਾਲਿਆਂ ਵਾਸਤੇ ਸ਼ਾਇਦ ਬੜਾ ਫਾਇਦੇਮੰਦ ਹੈ। ਇਸ ਲਈ ਖੂਨ ਦੀ ਕਮੀ ਵਾਲਿਆਂ ਨੂੰ ਚਾਹੀਦਾ ਹੈ ਦਿਹਾੜੀ ਚ ਦੋ ਤਿੰਨ ਵਾਰ ਦੋ ਚਮਚ ਸ਼ਹਿਦ ਦੇ ਜ਼ਰੂਰ ਲੈ ਲੈਣਾ ਉਹਦੇ ਨਾਲ ਖੂਨ ਦੀ ਕਮੀ ਦੂਰ ਹੋ ਜਾਊ ਤੇ ਜਿਹੜਾ ਘਟਿਆ ਹੋਇਆ ਵਜ਼ਨ ਹੈ ਤੁਹਾਡਾ ਉਹ ਵੀ ਵਜੂ ਖੂਨ ਦੀ ਕਮੀ ਵਾਲਿਆਂ ਨੂੰ ਰੋਜ਼ ਗਾਜਰਾਂ ਖਾਣੀਆਂ ਚਾਹੀਦੀਆਂ ਨਹੀਂ ਤੇ ਗਾਜਰ ਦਾ ਜੂਸ ਪੀਨ ਗਾਜਰ ਦੇ ਜੂਸ ਨਾਲ ਨਾਲ ਚੁਕੰਦਰ ਤੇ ਪਾਲਕ ਦਾ ਜੂਸ ਵੀ ਮਿਲਾ ਕੇ ਪੀਨ ਉਹਦੇ ਨਾਲ ਖੂਨ ਦੀ ਕਮੀ ਠੀਕ ਹੋ ਜਾਊ ਤੇ ਤਾਕਤ ਮਿਲ ਜਾਊ ਸ਼ਰੀਰ ਨੂੰ